ذاکرین کی ایک طویل تعداد کثیر تعداد تشریف رکھتے ہیں انشاءاللہ سارے حضرات پڑھیں گے. مجلس اعضاء کل راجہ سلطان ہاؤس کوٹھی پنجاب کالج سپیریئر کالج کے ساتھ شمشیر ٹاؤن پلی چوک وہاں پہ 6-7 نامور حضرات خطاب فرمائیں گے. 19 اپریل 13 شعبان چک 111 پول 11 28 اپریل محمدیہ کالونی 24 اپریل چکڑالہ یکم مئی قصر القائم 14-15 شعبان کی درمیانی رات علی ولی اللہ کمپلیکس فاروق کالونی 18-19 شعبان کی درمیانی رات دلاور بلوچہ نزد مچھر کھادی اور انشاءاللہ تعالی 24 اپریل کی رات 24 اور 25 کی درمیانی رات کولوال ننگیانا جشن پاک ہوگا. نعرہ تکبیر, نعرہ رسالت, نعرہ حیدری. شعبان مہینہ خوشیاں دا, اندی ہر تاریخ صحیح ہے, اندی یکم تو لے کے 15 تائیں آئی اولاد علی ہے. 2 پتر تے 2 پوترے ہن, ایک عزتاں والی دھیے. اس گھر دا ذکر عبادت ہے, فرمایا پاک نبی ہے. عزت ماب رئیس الزاکرین بحر ذکر المصائب استاد الزاکرین بزم زاکرین میں ایک بہت بڑا قادہ‌ور نام سید زرغام عباس شاہ صاحب بارگاہ آل محمد میں حاضری دیں گے. بسم اللہ الرحمن الرحیم. الحمد للہ رب العالمین الرحمن الرحیم اذن صراط المستقیم صراط الذین انعمت علیہم غیر المغضوب علیہم ولا الضالین. اللهم صل علی محمد و آل محمد وعجل فرج آل محمد. صلوات پڑھو باواز بلند. اللهم صل علی. درود پڑھنا ایک بڑی اہم عبادت, مل کے صلوات پڑھو. اللہ خوشنودی منتظر زمانہ دی خاطر درود بھیجو. اللہم صلی علی. اکھ بند کر کے اس تقوال روح معصومہ دی خاطر درود بھیجو. اللہم جڑے موالی بیٹھو حیدر اقرار دے مل کے نامے امیر دی گونج ہوے حیدر. مولا تو سلوگن آباد و شاد رکھے صدقہ محمد اور اہل بیت محمد دا. مولا ملک مختار حسین صاحب دے درجات بلند فرمائے. مولا کروٹ کروٹ جنت نصیب فرمائے. مولا صغیرہ کبیرہ گناہ معاف فرمائے. مولا دی قبر تے رحمت بھیجے. مولانا دے بچیاں دی عمر دراز فرماوے. مولانا نو بڑے بختاں والا بناوے. ملک ساڈا دوست آئی جی, ساڈا آمنا ضروری آئی. اللہ یاتی کرے سید مرتضی عاشق صاحب نو دور حاضرہ دا شاباز ذاکر ہے. میرے بات پڑھتی انہاں دا کام میں بزرگاں دی عزت کرنی تے چنگے سجن ہوئے ہوندے جڑے قبراں نال نبھاویں. ایک جملہ ماں صاحب دا جڑے رومن آئے ہو کہ اپنے وطن تے بہ کے بے وطناں نوں رو آوائیں. ہاتھ چھوڑ دے اللہ ہی آتی کری, ہاتھ چھوڑ دے. ہر رکھ حسین نوں نہیں رو سکدی,
ਹਯਾ ਲਈ ਅਖਰਾਉਂਦੀ ਹੈ। ਬੇਹਯਾ ਆਪ ਨੂੰ ਕੀ ਪਤਾ ਜੋ ਅਲੀ ਦੀ ਦੇਖ ਕਿਵੇਂ ਲੁਟੀਂਦੀ ਰਹੀ ਹੈ। ਹਾਏ ਕਰ ਛੁੜਿਆ ਜਿਹੜਾ ਇਹਦੇ ਬੈਠੇ ਹੋ। 4000 ਜ਼ਖਮ ਲਿਖਿਆ ਨੇ, ਹਾਏ ਤਾਂ ਕਰ ਛੋੜੋ। ਮੇਰਾ ਬੇਟਾ ਇਰਫਾਨ, ਸਾਰੇ ਜ਼ਾਕਿਰ ਮੇਰੇ ਤੋਂ ਬਿਹਤਰ ਪੜ੍ਹਨ ਵਾਲੇ, 4000 ਜ਼ਖਮ ਜਿਹੜਾ ਜ਼ਹਿਰਨ ਜ਼ਖਮ ਆਈ ਕਰੀਮ ਕਰਬਲਾ ਦੇ ਵਜੂਦ ਤੇ, 4000 ਜ਼ਖਮ ਜ਼ਹਿਰਨ, ਅੰਦਰ ਤਵਤ ਬਹਿਣਾ ਦਾ ਹੀ ਜ਼ਖਮ ਆਏ, ਹਾਏ ਕਰ ਛੁੜਿਆ ਹੈ, ਧੀਆਂ ਦਾ ਹੀ ਜ਼ਖਮ ਆਏ, ਨੋਹਾਂ ਦਾ ਹੀ ਜ਼ਖਮ ਆਏ, ਤੁਹਾਡੀ ਹਯਾਤੀ ਹੋਵੇ, 4000 ਜ਼ਖਮ ਤੇਰੀਆਂ ਭੁੱਖਾਂ ਮਨਜ਼ੂਰ ਹੋਵੇ, ਹੌਸਲਾ ਤੇਰੀ ਹਯਾਤੀ ਹੋਵੇ, ਔਰ 2000 ਜ਼ਖਮ ਲਿਖਿਆ ਨੇ ਸ਼ਹਿਜ਼ਾਦੇ ਅਲੀ ਅਕਬਰ ਦੇ ਵਜੂਦ ਤੇ ਜਿਹੜੇ ਇਧਰੇ ਬੈਠੇ ਹੋ, ਔਰ 2000 ਜ਼ਖਮ ਲਿਖਿਆ ਨੇ ਸ਼ਹਿਜ਼ਾਦੇ ਅਮੀਰ ਕਾਸਿਮ ਦੇ ਵਜੂਦ ਤੇ। ਔਰ ਸਰਗੋਦੇ ਵਾਲਿਓ, ਇੱਕ ਐਸਾ ਜਵਾਨ ਹੈ ਜਿਸ ਦੇ ਜ਼ਖਮਾਂ ਦੀ ਤਾਦਾਦ ਤਾਰੀਖ ਹੀ ਨਹੀਂ ਕਰ ਸਕੀ, ਉਹ ਕਿਹੜਾ ਹੈ? ਉਹ ਹੈ ਤੁਹਾਡਾ ਅਲਮਾਲਾ ਮੌਲਾ ਆਬਾਸ ਹੈ, ਸ਼ਾਬਾਸ਼, ਤੁਹਾਡੀ ਹਯਾਤੀ ਹੋਵੇ ਬੇਟਾ, ਹੈ ਕਰ ਛੁੜਿਆ, ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ, ਮੈਂ ਤੇਰਾ ਨਾਮ ਕਰ ਰਹਾ ਹਾਂ। ਕਿਆ ਬਾਤ ਹੈ ਭਾਈ, ਆਰੰਗ ਕੇ ਛੰਗ ਜਾ ਗਈ ਹੈ, ਮਕਾਤ ਮੈਂ ਤੇਰਾ ਨੌਕਰ ਹਾਂ। ਮਕਾਤਲ ਦੀਆਂ ਕਿਤਾਬਾਂ ਪੜ੍ਹ ਕੇ ਵੇਖੋ, ਮੁਰਖੀਨ ਨੇ ਲਿਖਿਆ 10 ਮੁਹਰਮ ਵਾਲੇ ਦਿਨ, ਜਿਸ ਕੋਲ ਨੇਜ਼ਾ ਹੀ ਨਾ ਉਸ ਤੇਰੇ ਮਜ਼ਲੂਮ ਇਮਾਮ ਨੂੰ ਨੇਜ਼ਾ ਮਾਰਿਆ ਬੇਟਾ, ਮੈਂ ਤੇਰੇ ਵੇਖ, ਜਿਸ ਕੋਲ ਤਲਵਾਰ ਆਈ ਉਸ ਤਲਵਾਰ ਮਾਰੀਏ, ਪਟਵਾਰੀ ਸਾਹਿਬ ਜਿਸ ਕੋਲ ਤੀਰ ਆਈ ਉਸ ਤੀਰ ਮਾਰਿਆ ਹੈ, ਜਿਹਨਾਂ ਕੋਲ ਹਥਿਆਰ ਮੁੱਕ ਹੈ ਉਹਨਾਂ ਤੇਰੇ ਗਰੀਬ ਇਮਾਮ ਨੂੰ ਪੱਥਰ ਮਾਰਿਆ, ਜਿਹਨਾਂ ਕੋਲ ਪੱਥਰ ਹੀ ਮੁੱਕ ਗਏ, ਕਰਬਲਾ ਦੀ ਅੰਗਾਰੇ ਮਿਸਲ ਗਰਮ ਰੇਤ ਤੇਰੇ ਗਰੀਬ ਇਮਾਮ ਦੇ ਜ਼ਖਮਤ ਸੱਟੀ ਨੇ, ਤੇਰੀ ਜ਼ਿੰਦਗੀ ਦਾ ਰਾਜ਼ ਹੋਵੇ। ਤਲਵਾਰਾਂ ਹੀ ਤੀਰਾਂ ਦੇ ਜ਼ਖਮ, ਤੀਰਾਂ ਹੀ ਤਲਵਾਰੀ ਦੇ ਜ਼ਖਮ, ਤੇ ਇਤਨੇ ਗਹਿਰੇ ਜ਼ਖਮ, ਜ਼ਖਮਾਂ ਦੇ ਵਿੱਚ ਉੱਭੇ ਦੀ ਹਵਾ ਲੰਮੇ ਪਈ ਗੁਜ਼ਰਦੀ ਹੈ, ਹਯਾਤੀ ਹੋਵੀ ਲੰਮੇ ਦੀ ਹਵਾ ਉੱਭੇ ਪਈ ਗੁਜ਼ਰਦੀ ਹੈ, ਜ਼ਿੰਦਗੀ ਦਾ ਰਾਜ਼ ਹੋਵੀ। ਅਗਲੇ ਦਿਨ ਮੈਂ ਕਾਲੇ ਮਦੀਨ ਦੇ ਮੂੰਹ ਸੁਣਿਆ ਕਿ ਏਡਾ ਵਜ਼ਨੀ ਤੇ ਗਹਿਰਾ ਜ਼ਖਮ ਕਰੀਮ ਕਰਬਲਾ ਦੇ ਸੀਨੇ ਤੇ, ਸਰਗੋਦਿਆਂ ਵਾਲੇ ਸਾਹਮਣੇ ਬੰਦਾ ਖਲੋਵਿਆ ਨਾ ਸਾਹਮਣੇ, ਤੇ ਦੂਜਾ ਬੰਦਾ ਲੱਗਿਆ ਕੰਢ ਦੇ ਪਿੱਛੋਂ, ਸਾਹਮਣੇ ਵਾਲੇ ਬੰਦੇ ਨੂੰ ਪਿਛਲਾ ਬੰਦਾ ਜ਼ਖਮ ਵਿੱਚੋਂ ਨਜ਼ਰ ਆਉਂਦਾ, ਮੈਂ ਤੇਰਾ ਨੌਕਰ ਹਾਂ। ਮੈਂ ਇੱਕ ਜਗ੍ਹਾ ਤੇ ਆ ਕੇ ਸਾਹਮਣੇ ਵਾਲੇ ਬੰਦੇ ਨੂੰ ਪਿਛਲਾ ਬੰਦਾ ਜ਼ਖਮ ਵਿੱਚੋਂ ਨਜ਼ਰ ਆਉਂਦਾ, ਯੋ ਜਵਾਨ ਆਓ, ਇੱਕ ਜਵਾਨ ਉੱਠੀ ਖਲਾ, ਮੈਨੂੰ ਕੁਛ ਬਾਬਾ ਜੀ ਵਾਕੇ ਹੀ ਵੱਡਾ ਜ਼ਖਮ ਆਈ, ਲੇਕਿਨ ਭੈਣ ਦੀ ਚਾਦਰ ਤੋਂ ਘੱਟ ਜ਼ਖਮ ਆਏ, ਸ਼ਾਬਾਸ਼, ਤੁਹਾਡੀ ਹਯਾਤੀ ਹੋਵੇ, ਨੌਕਰ ਹਾਂ, ਤੇਰੀ ਜ਼ਿੰਦਗੀ ਦਾ ਰਾਜ਼ ਹੋਵੇ। ਅਬਰੂ ਕੱਟੇ ਗਏ, ਬਦਨ ਦੀਆਂ ਤਾਰਾਂ ਤਰੁੱਟ ਗਈਆਂ, ਜ਼ਖਮ ਚ ਜ਼ਖਮੀਆਂ ਜਗ੍ਹਾ ਚ, ਯਾਰ ਤੇਰੀ ਹਯਾਤੀ ਹੋਵੇ, ਕਬਜ਼ਾ ਜ਼ੁਲਫਕਾਰ ਤੇ ਮੱਥਾ ਇਹਨਾਂ ਦੋਵਾਂ ਨੂੰ ਜਗਾ ਦੇ, ਕਬਜ਼ਾ ਜ਼ੁਲਫਕਾਰ ਤੇ ਮੱਥਾ ਤੇਰੀ ਹਯਾਤੀ ਹੋਵੇ। ਸੁਬੂਹਨ ਕੁਦੂਸਨ ਦੀ ਤਸਵੀ ਜਾਰੀ, ਕਬਜ਼ਾ ਤਲਵਾਰ ਤੋਂ ਮੱਥਾ ਚ ਆਇਆ, ਸੱਜੇ ਡਿੱਠਸ ਖੱਬੇ ਡਿੱਠਸ, ਪਰ ਠੱਡਾ ਸਾਹ ਭਰਿਆਸ, ਹਯਾਤੀ ਹੋਵੀ। ਬੇਵਸ ਮੂੰਹ ਚ ਨਿਕਲਿਆ, ਲੋਗੋ ਮੈਂ ਵੱਡਾ ਗਰੀਬ ਹਾਂ, ਵਾਹ ਬਾਈ ਵਾਹ, ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ, ਨੌਕਰ ਹਾਂ। ਇਹ ਗਰੀਬੀ ਦਾ ਔਖਾ ਕਹਿ ਸੁਣਿਆ, ਆਪਣੇ ਹੀ ਸੁਣਿਆ, ਬੇਗਾਂ ਨੇ ਸੁਣਿਆ, ਭੈਣਾਂ ਹੀ ਸੁਣਿਆ, ਦੀਆਂ ਹੀ ਸੁਣਿਆ, ਨੂੰਹ ਹੀ ਸੁਣਿਆ, 4.5 ਸਾਲ ਦੀ ਚਿੱਠੀ ਦਾੜੀ ਵਾਲੇ ਹਯਾਤੀ ਹੋਵੀ, ਮਾਸੂਮ ਸਈਆਜ਼ਾਦੀ ਅਲੀ ਦੀ ਅਲੀ ਦੀ ਦਰ ਦੌੜਦੀ ਆਈਏ, ਰੋ ਰੋ ਕਹਿ ਦੇ ਫੁੱਫੀ ਫੁੱਫੀ ਫੁੱਫੀ, ਅਲੀ ਦੀਦੀ ਦੀ ਆਵਾਜ਼ ਜੀ ਸਕੀਨਾ, ਫੁੱਫੀ ਸੁਣੇ ਮੇਰਾ ਬਾਬਾ ਗਰੀਬੀ ਦੇ ਹੋ ਕੇ ਪਿਆ ਦਿੰਦਾ ਹੈ, ਹਾਂ ਮੇਰੀ ਦੀ ਫੁੱਫੀ ਅਗਰ ਇਜਾਜ਼ਤ ਦੇਵੇ ਮੈਂ ਬਾਬੇ ਤੋਂ ਮਿਲਣ ਮੈਂ ਨਹੀਂ ਆਉਂ, ਮਸਤੂਰ ਦੀ ਆਵਾਜ਼ ਜੀ ਸਕੀਨਾ, ਨਮਨ ਫੁੱਫੀ ਉਹ ਕਿਉਂ, ਮੇਰੀ ਦੀ ਨੇਜ਼ੇ ਨਾਲ ਨੇਜ਼ਾ ਹੈ, ਤੀਰ ਨਾਲ ਤੀਰ ਹੈ, ਤਲਵਾਰ ਨਾਲ ਤਲਵਾਰ ਹੈ, ਬੰਦੇ ਨਾਲ ਬੰਦਾ ਹੈ, ਘੋੜੇ ਨਾਲ ਘੋੜਾ ਹੈ, ਤੋੜੇ ਮਾਸੂਮ ਹੈ, ਹੇ ਤੱਪਰ ਦਾਦਾਰ, ਉਹ ਜਿਹੜੇ ਜਾਗਦੇ ਬੈਠੇ ਹੋ, ਹੇ ਤੱਪਰ ਦਾਦਾਰ, ਰੋ ਕੇ ਦੀ ਫੁੱਫੀ ਆਪ ਇਨਸਾਫ ਕਰੋ, 19 ਮਾਹ ਰਮਜ਼ਾਨ ਨੂੰ ਤੇਰੇ ਬਾਬੇ ਅਲੀ ਨੂੰ ਪੇਸ਼ਾਨੀ ਤੇ ਜ਼ਰਬ ਲੱਗੀ ਆਈ, ਹਯਾਤੀ ਹੋਵੀ, ਫਰਿਸ਼ਤੇ ਨਿਦਾ ਦਿੱਤੀ ਆਈ, ਕਦ ਕੋ ਤੇਰਾ ਲਮੀਰ ਅਲ ਮੋਮਿਨੀਨ, ਫੁੱਫੀ ਤੂੰ ਸਤਰੀ ਅਧੀਆਂ ਅਲੀ ਦੀਆਂ ਬੁਰਕੇ ਪਾ ਕੇ ਮਸਜਿਦ ਕੂਫਾ ਦੋ ਕਿਉਂ ਟੁਰ ਪਈਆਂ ਹੈ,
ਰੋ ਕੇ ਜੀ ਕਿਵੇਂ ਨਵੰਜਾ ਮੇਰਾ ਇਲੀ ਜਿਆ ਬਾਬਾ ਤੂੰ ਸਜੀ ਹੋ ਪੈ ਤੁਹਾਨੂੰ ਗਵਾਜ਼ ਹੀ ਰੰਗ ਲਾਵੇ ਨੌਕਰ ਨੌਕਰ ਮੈਂ ਕਹਿੰਦੀ ਫੁੱਫੀ ਆਪ ਇਨਸਾਫ ਕਰ ਤੇਰੇ ਬਾਬੇ ਨੂੰ ਇੱਕ ਜ਼ਖਮ ਆਈ ਮਾਰਨ ਵਾਲਾ ਇੱਕ ਆਈ ਮੇਰਾ ਗਰੀਬ ਜ਼ਖਮ ਜ਼ਖਮੀ ਹੈ 9 ਲੱਖ ਮਾਰਨ ਵਾਲਾ ਹੈ ਚਵਾਂ ਪਾਸਿਓ ਮਾਰੋ ਮਾਰੋ ਦੀ ਆਵਾਜ਼ ਪਈ ਆਉਂਦੀ ਹੈ ਅਲੀ ਦੀਦੀ ਦੀ ਆਵਾਜ਼ ਵੀ ਸਕੀਨਾ ਅਗਰ ਵਹਿਨੀ ਹੈ ਨਾ ਕੱਲੀ ਨਾ ਵੰਜ ਮਲਕਾ ਜ਼ੰਜਬਾਰ ਨੂੰ ਨਾਲ ਲੈ ਕੇ ਵੰਜ ਮੇਰੇ ਬਜ਼ੁਰਗ ਆਦੇ ਹਨ ਅਲੀ ਦੀਦੀ ਸੱਡ ਮਾਰਿਆ ਮਫਿਜ਼ਾ ਹਯਾਤੀ ਹੋਈ ਬੱਟੀ ਸਾਹਿਬ ਮਰਹੂਮ ਫਰਮਾਉਂਦੇ ਹਨ ਜਦਾਂ ਕਰਬਲਾ ਚ ਅਲੀ ਦੀਦੀ ਆਖਿਆ ਨਾ ਅੰਮਾ ਫਿਜ਼ਾ ਫਿਜ਼ਾ ਬਾਈ ਵਧਾ ਕੇ ਆਦੇ ਇਨਸ਼ਾਅੱਲਾ ਮਰਵੇ ਨੇ ਆ ਫਿਜ਼ਾ ਸ਼ਾਬਾਸ਼ ਤੁਹਾਡੀ ਜ਼ਿੰਦਗੀ ਦਾ ਰਾਜ਼ ਹੋਵੇ ਜੀ ਨੌਕਰਾ ਤੁਹਾਡਾ ਖਾਦਮਾ ਅੰਮਾ ਜੀ ਅਲੀ ਦੀਦੀ ਅੰਮਾ ਹੁਸੈਨ ਦਿੱਤਾ ਗਰੀਬੀ ਦਾ ਹੋਕਾ ਤੋੜੇ ਸਨ ਛੋਟਾ ਹੈ ਹੇ ਤਧੀ ਨਹੀਂ ਬਰਦਾਸ਼ਤ ਕਰ ਸਕੀ ਮਾਸੂਮਾਂ ਦੇ ਨਾਲ ਵੰਜ ਇਹਨੂੰ ਬਾਬਾ ਹੀ ਮਿਲਾਈਆ ਔਰ ਮੇਰੀ ਤਰਫੋਂ ਮੇਰੇ ਮਜ਼ਲੂਮ ਭਰਾ ਨੂੰ ਆਖੀ ਭੈਣ ਪੇ ਦੀ ਗਰੀਬ ਨਾ ਸਦਾ ਹੋਏ ਹਾਏ ਕਰ ਛੁੜਿਆ ਆਪਣੀ ਫੌਜ ਮਾਰੀ ਗਈ ਆਈ ਭੈਣ ਦੀ ਫੌਜ ਹਾਜ਼ਰ ਆਈ ਅਸਰ ਗੋ ਦਿਆਲਿਓ ਇੱਜ਼ਤਦਾਰੋ ਖਤਮ ਬਜ਼ੁਰਗ ਫਰਮਾਉਂਦੇ ਹੁੰਦੇ ਹਨ ਮੇਰੇ ਵਾਲਿਦ ਸਾਹਿਬ ਤੋਂ ਦਾਦੀ ਪੋਤਰੀ ਟੁਰ ਪਈਆਂ ਤੇਰਾ ਨੌਕਰ ਨੌਕਰ ਫਿਜ਼ਾ ਤੇ ਸਕੀਨਾ ਫੌਜਾਂ ਦੀ ਭੀੜ ਚ ਗੁਜ਼ਰਦੀ ਹੋਈ ਦੂਰੋਂ ਆਖ ਲਈਏ ਸਦ ਮਾਰਿਆਸ ਬਾਬਾ ਬਾਬਾ ਮੈਂ ਮੇਰਾ ਅੱਲਾ ਰਾਸੀ ਬਾਬਾ ਹਾਏ ਤਾਂ ਕਰੋ ਚਾ ਵੇ ਮੇਰਾ ਪਰਦੇਸੀ ਬਾਬਾ ਵੇ ਮੇਰਾ ਮੁਸਾਫਿਰ ਬਾਬਾ ਪਿਓ ਦਰ ਵੇਖਿਆ ਦੀ ਵੇ ਮੇਰਾ ਕਹਿਣ ਨੂੰ ਕੁਝ ਨਾ ਆਖਣ ਵਾਲਾ ਬਾਬਾ ਕਈ ਤਾਂ ਸਮਝਦਾਰ ਆਈ ਬੈਠੇ ਹੋ ਨਾ ਤੁਹਾਡੀ ਯਾਦੀ ਹੋਵੇ ਮੇਰੇ ਬਜ਼ੁਰਗ ਆਦੇ ਹਨ ਪਿਓ ਦੇ ਜ਼ਖਮ ਡਿੱਟੇ ਸੁਣਾ ਭਾਈ ਵਧਾ ਕਿਹਾ ਦੀ ਵੇ ਮੇਰਾ ਪੁੱਤਰਾ ਮੋਇਆ ਬਾਬਾ ਵੇ ਮੇਰਾ ਬਿਰਾਵਾ ਮੋਇਆ ਬਾਬਾ ਸ਼ਬੀਰ ਨੇ ਕਬਜ਼ਾ ਜ਼ੁਲ ਅਫਕਾਰ ਤੋਂ ਮੱਥਾ ਚਾਹਿਆ ਪਰ ਮੈਂ ਦਿਨ ਮਾਸੂਮ ਹੈ ਹਾ ਬਾਬਾ ਮੇਰੀ ਧੀ ਏਡੇ ਔਖੇ ਵੇਲੇ ਫੌਜਾਂ ਦੀ ਭੀੜ ਚ ਗੁਜ਼ਰ ਕੇ ਹਯਾਤੀ ਵੀ ਹਾਏ ਕਰਕੇ ਰੋਣ ਵਾਲਾ ਘੋੜਿਆਂ ਦੇ ਸੁੰਬਾ ਦੇ ਕੋਲੋਂ ਲੱਗ ਕੇ ਰੋ ਕੇ ਦੀ ਬਾਬਾ ਧੀ ਜੋ ਆ ਬਾਬਾ ਤੁਸੀਂ ਗਰੀਬੀ ਦਾ ਹੋਕਾ ਦਿੱਤਾ ਨਾ ਮੈਨੂੰ ਪਤਾ ਲੱਗ ਗਿਆ ਕੋਈ ਨਿਸ ਬਚ ਗਿਆ ਮੈਂ ਕਿਹਾ ਵੰਜਾ ਵੰਜ ਕੇ ਬਾਬੇ ਨੂੰ ਮਿਲ ਲਵਾਂ ਪਰ ਮੈਂ ਦਿਨ ਏਡੇ ਔਖੇ ਵੇਲੇ ਮਿਲਣਾ ਹੀ ਹੈ ਹਯਾਤੀ ਨੇ ਹਾਏ ਕਰਨ ਵਾਲੇ ਹੋ ਹਾ ਬਾਬਾ ਮਿਲਣਾ ਹੀ ਹੈ ਤੇਰੀਆਂ ਕੂਕਾਂ ਮਨਜ਼ੂਰ ਹੋਵੇ ਕੱਲ ਮਾਰ ਗਿਆ ਦੇ ਨਾ ਮੇਰੀ ਧੀ ਮੈਨੂੰ ਗੱਲ ਨਾ ਅੱਲਾ ਅੱਲਾ ਜਾਣਦਾ ਬਾਈ ਵਧਾਂਦੀ ਏ ਬਾਈ ਛੋਟੀਆਂ ਤੀਰ ਲੰਮੇ ਕਿਆ ਬਾਤ ਹੈ ਤੁਹਾਡੀ ਕਈ ਵੇਲੇ ਸਜਿਓ ਆਉਂਦੀ ਏ ਕਈ ਵੇਲੇ ਖੱਬਿਓ ਕਈ ਵੇਲੇ ਸਾਹਮਣੇ ਓ ਮੁਸ਼ਕਿਲ ਦੇ ਨਾਲ ਪਿਓ ਨੇ ਧੀ ਦੇ ਗੱਲ ਚ ਮਾਈ ਪਾਈਆਂ ਧੀ ਨੇ ਪਿਓ ਦੇ ਗੱਲ ਚ ਰੋ ਰੋ ਗਿਆ ਦੇ ਬੈਠੇ ਨੇ ਮੇਰੀ ਧੀ ਜਿੱਦੇ ਪੁੱਪੀਆਂ ਅਗਨੀ ਉਠਾਈ ਸਾਂ ਪਵੇ ਭਾਵੇਂ ਬਾਜ਼ਾਰ ਹੋਵੇ ਭਾਵੇਂ ਦਰਬਾਰ ਹੋਵੇ ਤੁਹਾਡੀਆਂ ਜ਼ਿੰਦਗੀਆਂ ਹੋਵੇ ਔਰ ਤੁਹਾਨੂੰ ਮੌਲਾ ਰੰਗ ਲਾਵੇ ਖਤਮ ਪੜ੍ਹਾਈ ਪਿਓ ਤੇ ਧੀ ਦੀਆਂ ਗੱਲਾਂ ਪਈਆਂ ਇਨ ਸ਼ਿਮਰ ਬੇਗੈਰਤ ਆਇਆ ਹੈ ਇਸ ਕੁੱਤੇ ਦੇ ਬੱਚੇ ਦੇ ਹੱਥ 'ਚ ਖੰਜਰ ਆਈ ਜ਼ਹਿਰ ਦੀ ਪਾਉਣ ਲੱਗੀ ਹੋਈ ਆਈ ਖੰਜਰ ਪਵੈਂਦਾ ਹੈ ਮਜ਼ਲੂਮ ਦੇ ਕੋਲ ਆ ਖਲਾਏ ਆਦੇ ਹੁਸੈਨ ਆਖਰੀ ਵੇਲੇ ਧੀ ਨੂੰ ਸੱਦ ਲੈ ਆਈ ਨਾ ਪਰ ਮੈਨੂੰ ਕਮੀ ਨਾ ਇਹੋ ਜਿਹਾ ਵਕਤ ਸਦੀਆਂ ਨਹੀਂ ਹੋਏਂਦੀਆਂ ਸੁਣ ਕੇ ਆਪਿਆ ਜ਼ਿੰਦਗੀ ਉਹਨੇ ਤੁਹਾਡੀ ਹਯਾਤੀ ਹੋਵੇ ਇਹ ਬੇਰਾ ਦਾਦਾ ਤੋਂ ਉਠਾਵਣੀ ਹੈ ਜਾਂ ਮੈਂ ਉਠਾਵਾਂ ਹਾਏ ਔਰ ਤੁਹਾਡੀਆਂ ਜਵਾਨੀਆਂ ਸਲਾਮਤ ਰਹਿਣ ਸਈਆ ਦਾਦਾ ਇਸ ਦਿਨ ਵੇਖੇ ਨਹੀਂ ਇਹ ਬਤੂਲ ਦੇ ਚਮਨ ਦੀ ਪਾਕ ਕੱਲੀਏ ਸਈਆ ਦਾ ਕਲ ਮਾਰੀਏ ਅੰਮਾ ਫਿਜ਼ੌਰੀਆ ਮੇਰੀ ਸਕੀਨਾ ਨੂੰ ਖੈਮਿਆਂ ਚ ਲਾਏ ਵਾਜ 4 ਸਾਲ ਦੀ ਸਈਆ ਦਾਦੀ ਨੂੰ ਫਿਜ਼ਾ ਚ ਆਇਆ ਹੈ ਸਰਗੋਦਿਆਂ ਨੇ ਫਿਜ਼ਾ ਦਾ ਮੂੰਹ ਆਈ ਖੈਮੇ ਵਾਲੇ ਪਾਸੇ ਮਾਸੂਮਾ ਦਾ ਮੂੰਹ ਆਈ ਬਾਬੇ ਵਾਲੇ ਪਾਸੇ ਹੁਸੈਨ ਤਯੰਮਮ ਕਰਨਾ ਸ਼ੁਰੂ ਕੀਤਾ ਹੈ ਦੀਵੇ ਦੀ ਰਹੀਏ ਹੁਸੈਨ ਨਮਾਜ਼ ਚਰਨੀਤੀ ਏ ਦੀਵੇ ਦੀ ਰਹੀਏ ਸ਼ਬੀਰ ਰਕੂਅ ਚ ਗਾਇਨ ਫਿਜ਼ਾ ਦੇ ਹੱਥਾਂ ਦੇ ਗੌਰ ਨਾਲ ਵੇਦੀ ਰਹੀਏ ਸ਼ਬੀਰ ਨੇ ਸਿੱਧੇ ਸਰ ਰੱਖਿਆ ਹੈ
تسبیح پڑھی نے سبحان ربی العالی و بحمدہ، اے بے غیرت ہے سنا زلفاں چت پایا ہے جنہاں نو محمد چوندا، اس پہلی ذرا ماریے سکینہ فضا دے ہتھاں تو لایا ہے، سکینہ دا بس نہیں لگا فرات دربائیں ودا کے آدھی ہے چاچا غازی میرا بابا کلا تاری زندگی ہوئے، آ میرے مولا انہاں نو کرلاندا ویکھ نوکر، اس بے غیرت نے دوئی ذرا ماریے سکینہ نجف در بائیں ودھائیں، پرانے جے بندی سنائی ونیا تیری حیاتی ہوئے، استری ضرب ماریے سرگو دے علیوں دی آئی برداشت نہیں کر سکی، لگی آئیے شمر دے خنجر چھت پایا، شمر دے وے کیا دیا ہاتھ کاٹ میڈے پیو دیا، آئے زلفاں باشندہ قوم جفا کانڈ خالی ویک کے، بس بس بردار مولا ساڈے نہایت ہی محترم پیر مخدوم درگاہ باد صاحب جی بچوں کی زندگی دراز فرمائے، ساڈے محسن جڑے قبر سنگھان کے آئے سارے کو مولا انہوں کی زندگی کرے، ہوں